ਜੀ ਅੱਜ ਤੋਂ ਯਾਰ ਮੈਂ ਦਸਾਂ ਮੱਥਾ ਟੇਕਣ ਆਇਆ ਇਹਦੇ ਬਾਰੇ ਦੱਸੋ ਜੀ। ਅੱਜ ਮਹਾਰਾਜ ਦਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਦਰਸ਼ਨ ਕਰਨ ਵਾਸਤੇ ਇੱਥੋਂ ਸ਼ਕਤੀ ਮੰਗਣ ਵਾਸਤੇ ਸਾਰਾ ਪਰਿਵਾਰ ਸਮੇਤ ਸਾਥੀਆਂ ਸਮੇਤ ਦਰਸ਼ਨ ਲਈ ਆਏ ਹੈਗੇ। ਜੀਵਨ ਦੀਆਂ ਛੁੱਟੀਆਂ ਉਹਦੇ ਅੰਦਰਲੀ ਨਾਲ ਬਖਸ਼ਾਂ ਹੀ ਹੁੰਦੀਆਂ, ਗੁਰੂ ਮਿਹਰ ਕਰਦਾ ਤਾਂ ਕਿ ਸਾਰਾ ਕੁਝ ਹੁੰਦਾ। ਇਸ ਕਰਕੇ ਅੱਜ ਪਰਿਵਾਰ ਸਮੇਤ ਇੱਥੇ ਹਰਿਮੰਦਰ ਸਾਹਿਬ ਦਰਸ਼ਨਾਂ ਵਾਸਤੇ ਮਹਾਰਾਜ ਦੇ ਆਏ ਹਾਂ ਕਿ ਮਹਾਰਾਜ ਕਿਰਪਾ ਬਖਸ਼ਾਂ, ਰਹਿਮਤਾਂ ਜਿਹੜੀਆਂ ਕਰੀ ਜਾ ਰਹੇ ਹੋ ਮਹਾਰਾਜ ਦਾ ਸ਼ੁਕਰਾਨਾ ਜਿੰਨਾ ਕਰੀਏ, ਧੰਨਵਾਦ ਕਰੀਏ ਉਹਨਾਂ ਥੋੜ੍ਹਾ। ਤੁਹਾਨੂੰ ਫਰੀਦਕੋਟ ਤੋਂ ਟਿਕਟ ਮਿਲੀ ਹੈ ਜੀ MP ਦੀ? ਟਿਕਟਾਂ ਜੀ ਅਜੇ ਸੇਵਾ ਲਾ ਰਿਹਾ ਜੇ, ਉਹ ਰਸਮੀ ਐਲਾਨ ਉਹਦਾ ਹੋਣਾ ਕੱਲ੍ਹ ਹੋ ਜਾਏ, ਅੱਜ ਹੋ ਜਾਏ, ਜਦੋਂ ਹੋਇਆ ਉਹਦੇ। ਵੈਸੇ ਅੱਜ ਅਸੀਂ ਪਰਿਵਾਰਕ ਤੌਰ 'ਤੇ ਜਾਂ ਸਾਥੀਆਂ ਸਫੇਰ ਲਈ ਇੱਥੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਏ, ਉਹ ਟਿਕਟ ਦਾ ਤਾਂ ਜੇ ਜਦੋਂ ਲਾਉਣਾ ਜੋ ਫਿਰ ਉਹ ਤੋਂ ਬਾਅਦ ਫਿਰ ਉਹ ਵੱਖਰੀ ਗੱਲ ਆ। ਅੱਜ ਤਾਂ ਵੈਸੇ ਮਹਾਰਾਜ ਦਾ ਸ਼ੁਕਰਾਨਾ ਕਰਨਾ ਤਾਂ ਕਰਨਾ ਚਾਹੀਦਾ ਚਾਹੀਦਾ, ਮਤਲਬ ਕਰਨਾ ਰਹਿਣਾ ਚਾਹੀਦਾ ਸਾਰੀ ਉਮਰ, ਜਿੰਨਾ ਕਰ ਲਈਏ ਮਹਾਰਾਜ ਦਾ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ। ਪਹਿਲਾਂ ਇੰਨੀਆਂ ਉਹਨਾਂ ਨਿਆਮਤਾਂ, ਇੰਨਾ ਕੁਝ ਦਿੱਤਾ, ਮਤਲਬ ਕਿਸੇ ਪਾਸਿਓਂ ਕਮੀ ਕੋਈ ਨਹੀਂ, ਉਹ ਮਤਲਬ ਕਰ ਲਾਂਗੇ। ਬਾਕੀ ਜਦੋਂ ਪਾਰਟੀ ਦਾ ਜੋ ਹੁਕਮ ਹੋਇਆ, ਜੋ ਗੁਰੂ ਮਹਾਰਾਜ ਦੀ ਕਿਰਪਾ ਆਈ, ਫਿਰ ਸਿਰ ਮੱਥੇ ਪਵਾਉਣੇ। ਸਰ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕ ਸਭਾ ਚੋਣਾਂ ਉੱਥੇ ਲੜੋਗੇ? ਉਹ ਹਾਲੇ ਬਾਅਦ 'ਚ ਗੱਲ ਹੈ, ਜਦੋਂ ਨਵਾਂ ਸ਼ੋਅ ਹੋਏਗੀ ਉਦੋਂ ਬਾਅਦ ਫਿਰ ਉੱਥੇ ਵਿਚਾਰ ਜਿਹੜੀ ਕਰਾਂਗੇ।